ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਸਿਰਫ ਇੱਕ ਸਿਲਾਈ ਦਾ ਡਿਜ਼ਾਇਨ ਲੈ ਕੇ ਆਏ ਹਾਂ। ਬਹੁਤ ਹੀ ਸੋਹਣਾ ਡਿਜ਼ਾਇਨ ਹੈ ਇਹ, ਸਕੀਵੀ ਤਾਂ ਟੋਪ ਵਿੱਚ ਬਹੁਤ ਪਿਆਰਾ ਲੱਗੂਗਾ। ਕਿਵੇਂ ਬਣੂਗਾ ਸਾਨੂੰ ਆਪਾਂ ਦੱਸ ਦਿਆ। ਤਿੰਨ ਤਿੰਨ ਧਾਗਿਆਂ ਦੇ ਹਿਸਾਬ ਨਾਲ ਆਪਾਂ ਧਾਗੇ ਲੈਣੇ ਆ। ਇੱਕ ਇੱਕ ਧਾਗਾ ਵੱਧ ਰੱਖਣਾ ਗਾ ਆਪਾਂ ਨੇ। ਮੈਂ ਦੋ ਦੋ ਰੱਖੇ ਹੋਏ ਆ, ਕੋਈ ਇੱਧਰ ਵੀ ਆਪਣੀ ਵਧੀਆ ਕਿਨਰੀ ਜੀ ਬਣਦੀ ਆ। ਤਿੰਨ ਤਿੰਨ ਦੇ ਹਿਸਾਬ ਨਾਲ ਧਾਗੇ ਰੱਖ ਕੇ, ਦੋ ਇੱਧਰ, ਚਾਰ ਧਾਗੇ ਆਪਾਂ ਵੱਧ ਰੱਖੇ ਹੋਏ ਆ। ਪਹਿਲੀ ਸਿਲਾਈ ਆਪਾਂ ਇਹ ਪਹਿਲਾ ਧਾਗਾ ਬਿਨਾਂ ਬੁਣੇ ਉਤਾਰਨਾ। ਇੱਕ ਧਾਗਾ ਆਪਾਂ ਇਸ ਤਰ੍ਹਾਂ ਇਹ ਸਿੱਧਾ ਬਣਾ ਲਾਂਗੇ। ਹੁਣ ਆਪਾਂ ਨੇ ਕੀ ਕਰਨਾ, ਧਾਗਾ ਆਪਣੀ ਸਾਈਡ ਲਿਆ ਕੇ, ਦੋ ਦਾ ਇੱਕ ਧਾਗਾ ਆਪਣੀ ਸਾਈਡ ਆ, ਦੋ ਦਾ ਇੱਕ, ਇੱਕ ਧਾਗਾ ਬਿਨਾਂ ਬੁਣੇ ਉਤਾਰਾਂਗੇ। ਇਸ ਤਰ੍ਹਾਂ ਇਹ ਤਿੰਨ ਧਾਗੇ ਹੋ ਗਏ। ਦੁਬਾਰਾ ਇਸ ਤਰੀ ਫੇਰ ਕਰੀ ਜਾਣਾ। ਇੱਕ ਧਾਗਾ ਆਪਣੀ ਸਾਈਡ ਲਿਆ ਕੇ, ਦੋ ਦਾ ਇੱਕ, ਇਹ ਧਾਗਾ ਬਿਨਾਂ ਬੁਣੇ ਉਤਾਰਾਂਗੇ। ਫਿਰ ਧਾਗਾ ਆਪਣੀ ਸਾਈਡ, ਦੋ ਦਾ ਇੱਕ, ਇਹ ਧਾਗਾ ਬਿਨਾਂ ਬੁਣੇ ਉਤਾਰਾਂਗੇ। ਫਿਰ ਧਾਗਾ ਆਪਣੀ ਸਾਈਡ, ਇਸੇ ਤਰ੍ਹਾਂ ਇਹ ਦੁਬਾਰਾ ਦੁਬਾਰਾ ਤਿੰਨ ਧਾਗੇ ਰਿਪੀਟ ਹੋਈ ਜਾਣਗੇ। ਬਹੁਤ ਸੋਹਣਾ ਡਿਜ਼ਾਇਨ ਬਣ ਕੇ ਆਉਂਦਾ ਹੈਗਾ, ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹਾਂ। ਆਲ ਪ੍ਰੋਜੈਕਟ ਡਿਜ਼ਾਇਨ ਲਾਸਟ ਦੇ ਆਪਣੇ ਕੋਲ ਦੋ ਦਾ ਇੱਕ, ਅਤੇ ਲਾਸਟ ਵਾਲਾ ਇੱਕ ਇਸ ਤਰ੍ਹਾਂ ਆਪਾਂ ਸਿੱਧਾ ਬਣਾ ਲਾਂਗੇ। ਬੈਕ ਸਾਈਡ ਇਹਦੀ ਸਾਰੀ ਉਲਟੀ ਸਿਲਾਈ ਲੰਘੂਗੀ। ਜੇਕਰ ਸਾਡੇ ਚੈਨਲ 'ਤੇ ਨਵੇਂ ਆਏ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੁਸੀਂ ਜਿਹੜੀ ਵੀ ਵੀਡੀਓ ਦੇਖਦੇ ਹੋ, ਬਹੁਤ ਹੀ ਸੋਹਣਾ ਦੇ ਸੌਖਾ ਡਿਜ਼ਾਇਨ ਆ, ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਆ। ਸਕੀਵੀ ਅਤੇ ਬਲੌਜ ਅਤੇ ਟੋਪ ਵਾਸਤੇ ਬਹੁਤ ਪਿਆਰਾ ਲੱਗੂਗਾ, ਬਣਾ ਕੇ ਜ਼ਰੂਰ ਵੇਖਿਓ। ਅਤੇ ਇਸ ਤਰ੍ਹਾਂ ਦੇ ਹੋਰ ਡਿਜ਼ਾਇਨ ਦੇਖਣ ਲਈ ਚੈਨਲ ਨੂੰ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰੋ। ਇਹ ਆਪਾਂ ਇਸ ਤਰ੍ਹਾਂ ਬੈਕ ਸਾਈਡ ਦੀ ਸਾਰੀ ਉਲਟੀ ਲੰਘੂ। ਆਪਾਂ ਤੁਹਾਨੂੰ ਦਿਖਾਵਾਂਗੇ ਵੀ ਐਂਡ 'ਤੇ ਕਿਵੇਂ ਬਣ ਕੇ ਆਉਂਦਾ ਹੈਗਾ। ਇਸ ਤਰ੍ਹਾਂ ਇਹ ਆਪਣਾ ਇੰਨਾ ਕੀ ਇਹ ਆਪਣਾ ਡਿਜ਼ਾਇਨ ਆ, ਬਹੁਤ ਹੀ ਪਿਆਰਾ ਬਣ ਕੇ ਆਉਂਦਾ ਹੈਗਾ। ਸਿੱਧੀ ਸਾਈਡ ਇਹ ਇਸ ਤਰ੍ਹਾਂ ਬਣਦਾ, ਬੈਕ ਸਾਈਡ ਇਹ ਇਸ ਤਰ੍ਹਾਂ ਬਣਦਾ। ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ। ਸਾਡੀ ਵੀਡੀਓ ਵੇਖਣ ਲਈ, ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ।